एक कहावत सदियां तो चली आ रही है कि देन वाला जद भी दिंदा है तां छप्पड़ पाड़ के दिंदा है। इसे तरह का छप्पड़ पाड़िया भगवान ने जलंधर के मकसूदा इलाके की रहने वाली जप सिमरन लई, जिसने मेहनत नाल 14 साल की उम्र विच 1 या 2 लाख रुपए का नहीं बल्कि पूरे 50 लाख रुपए का इनाम जीतया है। वह भी कौन बनेगा करोड़पति दे विचों। जप सिमरन ये इनाम जीत के बहुत खुश है अते वो चाहती है कि इन्हां पैसों विचों सब तो पहला वो अपनी दादी दे गोडियां दा इलाज करवावे। जप सिमरन दे पिता बलजीत सिंह जो कि रेलवे दे विच इंजीनियर ने अते माता सरकारी टीचर है, जिस दे करके भी जप सिमरन दा ज्यादा समा दादी नाल ही बतीत हुंदा है। ते ए भी कारण है कि दादी मां दे नाल उसका कुछ ज्यादा ही लगाव है। ता ही वो चाहती है कि गोडियां दी जिस समस्या दे करके उसकी दादी गुरुद्वारा साहिब नहीं जा सकती, ओ दादी दे गोडे ठीक करवाना चाहती है ता जो दादी गुरुद्वारा साहिब जा सके ते बाकी दी बची राशि नू जप सिमरन अपनी पढ़ाई दे लई रखना चाहती है। ਪਹਿਲਾਂ ਤਾਂ ਜਿੱਦਾਂ ਜਨਰਲ ਨੌਲੇਜ ਵਗੈਰਾ 'ਚ ਉੱਦਾਂ ਵੀ ਇੰਟਰਸਟ ਰਹਿੰਦਾ ਹੀ ਸੀਗਾ, ਕੁਇਜ਼ ਵਗੈਰਾ ਵੇਖ ਲਈਦਾ ਸੀ, ਟੀ ਵੀ 'ਤੇ ਕੋਈ ਵੀ ਸ਼ੋਅ ਆਉਂਦਾ ਸੀ ਜਾਂ ਫਿਰ ਗੇਮਸ ਵਗੈਰਾ ਖੇਲਣੀਆਂ ਉਹਨਾਂ ਵਿੱਚ ਕੁਇਜ਼ ਵਗੈਰਾ ਹੋ ਜਾਂਦੀ ਸੀ। ਫਿਰ ਇਸ ਸਾਲ ਪਾਪਾ ਨੇ ਵੀ ਟਰਾਈ ਕੀਤਾ ਆਡੀਸ਼ਨ ਦੇਣ ਦਾ, ਲੇਕਿਨ ਪਾਪਾ ਦਾ ਆਡੀਸ਼ਨ ਤੋਂ ਅੱਗੇ ਹੋ ਨਹੀਂ ਪਾਇਆ। ਫਿਰ ਜੂਨੀਅਰਸ ਦੇ ਆ ਗਏ, ਜੂਨੀਅਰਸ ਦੇ ਵਿੱਚ ਮੈਂ ਵੀ ਟਰਾਈ ਕੀਤਾ ਕਿ ਚਲੋ ਮੈਂ ਕਰ ਲੈਂਦੀ ਹਾਂ ਟਰਾਈ, ਅਤੇ ਪਾਪਾ ਨੂੰ ਵੇਖ ਕੇ ਮੇਰਾ ਮਨ ਹੋ ਗਿਆ ਸੀ। ਫਿਰ ਮੈਂ ਟਰਾਈ ਕੀਤਾ ਅਤੇ ਲੱਕੀਲੀ ਮੇਰਾ ਚਾਂਸ ਹੋ ਗਿਆ ਅਤੇ ਫਿਰ ਮੈਂ ਫਾਸਟੈਸਟ ਵਿੰਗ ਫਸਟ ਦੇ ਵਿੱਚ ਸਾਰਾ ਸਿਲੈਕਟ ਹੋ ਗਿਆ। ਜਦੋਂ ਮਤਲਬ ਸਕੂਲ 'ਚ ਦੱਸਿਆ ਸੀਗਾ ਕਿਉਂਕਿ ਹੋਲੀਡੇਜ਼ ਵਗੈਰਾ ਵੀ ਚਾਹੀਦੀਆਂ ਸੀ ਤਾਂ ਦੱਸਣਾ ਪੈਣਾ ਸੀਗਾ ਕਿ ਮਤਲਬ ਫਾਸਟੈਸਟ ਵਿੰਗ ਫਸਟ ਲਈ ਜਾਣਾ, ਅਤੇ ਉੱਥੇ ਦੱਸਿਆ ਅਤੇ ਉਦੋਂ ਸਕੂਲ ਦੇ ਵਿੱਚ ਜੋ ਪ੍ਰਿੰਸੀਪਲ ਸਰ ਸੀਗੇ ਉਹਨਾਂ ਨੇ ਮੈਨੂੰ ਸਟੇਜ 'ਤੇ ਬੁਲਾਇਆ ਅਤੇ ਉਹਨਾਂ ਨੇ ਮੈਨੂੰ ਮਤਲਬ ਆਪਣੀ ਬਲੈਸਿੰਗਸ ਵਗੈਰਾ ਦਿੱਤੀਆਂ ਅਤੇ ਮੇਰੀ ਫਲੈਗ ਹੋਸਟਿੰਗ ਵੀ ਕਰਵਾਈ ਸੀਗੀ। ਫਿਰ ਉਹਦੇ ਤੋਂ ਬਾਅਦ ਉਹਨਾਂ ਨੇ ਮੈਨੂੰ ਸਕੂਲ ਦੇ ਵਿੱਚ ਟਾਈਮ ਵੀ ਦੇ ਦਿੱਤਾ ਸੀਗਾ ਕਿ ਮੈਂ ਇੰਨੇ ਇੰਨੇ ਟਾਈਮ ਸਕੂਲ ਦੇ ਵਿੱਚ ਕੇ ਬੀ ਸੀ ਦੀ ਤਿਆਰੀ ਕਰ ਸਕਦੀ ਹਾਂ, ਅਤੇ ਜਿਹੜੇ ਮੇਰੇ ਬਾਕੀ ਦੇ ਟੀਚਰ ਸੀਗੇ ਉਹਨਾਂ ਨੇ ਵੀ ਮੇਰੀ ਬੜੀ ਹੈਲਪ ਕੀਤੀ ਸੀਗੀ ਕਿ ਮਤਲਬ ਮੈਨੂੰ ਜੇ ਕੋਈ ਵੀ ਮਤਲਬ ਮਟੀਰੀਅਲ ਚਾਹੀਦਾ ਸੀਗਾ ਕੇ ਬੀ ਸੀ ਦੇ ਰਿਲੇਟਿਡ ਕਿ ਮੈਨੂੰ ਕਿਸੇ ਚੀਜ਼ ਦੀ ਤਿਆਰੀ ਕਰਨੀ ਅਤੇ ਮੇਰੇ ਕੋਲ ਮਤਲਬ ਇਹ ਬੁੱਕ ਨਹੀਂ ਹੈਗੀ ਆ, ਫਿਰ ਮੇਰੇ ਕੋਲ ਆਹ ਲਿਸਟ ਨਹੀਂ ਹੈਗੀ ਇਸ ਚੀਜ਼ ਦੀ, ਤਾਂ ਮੈਨੂੰ ਸਕੂਲ 'ਚ ਟੀਚਰਸ ਬਾਕੀ ਪ੍ਰੋਵਾਈਡ ਕਰਾ ਦਿੰਦੇ ਸੀਗੇ। ਜਪ ਸਿਮਰਨ ਦੀ ਦਾਦੀ ਅਤੇ ਮਾਤਾ ਪਿਤਾ ਨਾਲ ਜਦ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਜ਼ਰ ਨਹੀਂ ਸੀ ਆ ਰਿਹਾ ਤੇ ਨਾਲ ਹੀ ਉਹ ਜਪ ਸਿਮਰਨ ਦੀ ਸੋਚ ਨੂੰ ਦੇਖ ਕੇ ਭਾਵੁਕ ਵੀ ਹੋ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਵੀ ਆਪਣੀ ਧੀ ਤੇ ਨਾਜ਼ ਹੈ ਕਿ ਅੱਜ ਉਹਨਾਂ ਦੀ ਧੀ ਨੇ ਉਹਨਾਂ ਦਾ ਸਿਰ ਪੂਰੀ ਦੁਨੀਆ ਦੇ ਵਿੱਚ ਉੱਚਾ ਕਰ ਦਿੱਤਾ। ਜਪ ਸਿਮਰਨ ਨੇ ਬਹੁਤ ਵੱਡਾ ਕੰਮ ਕੀਤਾ ਜਿਹਦੇ ਸਾਨੂੰ ਹਜੇ ਤੱਕ ਕੁਝ ਪਤਾ ਨਹੀਂ ਸੀ। ਨਿੱਕੀ ਜਿਹੀ ਬੱਚੀ ਐਡਾ ਵੱਡਾ ਸਟੈਪ ਚੱਕ ਲੈ ਗਈ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਹਨੇ ਜੋ ਕਰਕੇ ਆਈ ਹੈ। ਪਰਮਾਤਮਾ ਇਹਨੂੰ ਬਹੁਤ ਹੋਰ ਤਰੱਕੀਆਂ ਦੇਵੇ। ਵੀ ਮੈਂ ਸੋਚਿਆ ਨਹੀਂ ਸੀ ਜਦੋਂ ਨਾ ਦੂਸਰੇ ਬੱਚਿਆਂ ਨੂੰ ਆਪਾਂ ਦੇਖਦੇ ਸੀ ਨਾ ਪੇਰੈਂਟਸ ਨੂੰ ਵੀ ਉਹਨਾਂ ਦੇ ਨਾਮ ਤੋਂ ਮਸ਼ਹੂਰ ਹੋ ਰਹੇ ਹੈ, ਅਤੇ ਮੇਰੀ ਵੀ ਇੱਛਾ ਹੁੰਦੀ ਸੀ ਵੀ ਮੈਂ ਵੀ ਕਦੀ ਹੋਏਗਾ ਇੱਦਾਂ ਵੀ ਸਾਡੇ ਬੱਚਿਆਂ ਦੇ ਨਾਮ ਤੋਂ ਅਸੀਂ ਵੀ ਮਸ਼ਹੂਰ ਹੋਵਾਂਗੇ। ਪੇਰੈਂਟਸ ਦੀ ਇਹੀ ਇੱਛਾ ਹੁੰਦੀ ਹੈ ਕਿ ਆਪਾਂ ਮਾਂ ਬਾਪ ਦੇ ਨਾਮ ਤੋਂ ਨਹੀਂ ਵੀ ਬੱਚੇ ਦੇ ਨਾਮ ਤੋਂ ਜਾਣੇ ਜਾਈਏ। ਹਾਂ, ਸਾਰਿਆਂ ਨੇ ਜਿੱਦਾਂ ਬਲੈਸਿੰਗ ਬਹੁਤ ਦਿੱਤੀਆਂ, ਬਹੁਤ ਖੁਸ਼ ਸਨ, ਮੈਨੂੰ ਮੈਸੇਜ ਕਰ ਰਹੇ ਸੀ, ਫੋਨ ਕਰ ਰਹੇ ਸੀ, ਮਿਲ ਰਹੇ ਸੀ ਆ ਕੇ, ਅਤੇ ਘਰ ਵੀ ਆਉਂਦੇ ਪਏ ਸੀ ਵਧਾਈ ਦੇਣ, ਅਤੇ ਕਹਿੰਦੇ ਸੀ ਵੀ ਕਿੰਨੀ ਅਮਾਊਂਟ ਜਿੱਤੀ। ਮੈਂ ਕਿਹਾ ਵੀ ਹਜੇ ਅਸੀਂ ਡਿਸਕਲੋਜ਼ ਨਹੀਂ ਕਰਨਾ, ਵੀ ਆਪਾਂ ਜਦੋਂ ਤੁਸੀਂ ਉੱਥੇ ਦੇਖੋਗੇ ਟੀਵੀ ਚੈਨਲ 'ਤੇ ਅਤੇ ਫਿਰ ਉਦੋਂ ਤੁਸੀਂ ਦੇਖ ਲੈਣਾ ਆਪੇ। ਵੀ ਜਪ ਸਿਮਰਨ ਨਾਲ ਮੇਰੀ ਪਹਿਲਾਂ ਤੋਂ ਕਾਫੀ ਅਟੈਚਮੈਂਟ ਹੈ। ਜੇ ਮੈਂ ਇਹਦੇ ਬਹੁਤ ਪੁਰਾਣੇ ਟਾਈਮ ਦੀ ਗੱਲ ਕਰਾਂ, ਜਦੋਂ ਇਹ ਪੈਦਾ ਹੋਈ ਸੀ ਤਾਂ ਅਕਸਰ ਬੱਚਿਆਂ ਨੂੰ ਤੁਸੀਂ ਨੀਂਦ ਵਿੱਚ ਜਗਾਓ ਨਾ ਤਾਂ ਉਹ ਥੋੜ੍ਹਾ ਜਿਹਾ ਰੋਂਦੀ ਸ਼ਕਲ ਜਾਂ ਕੁਛ ਕਰਦੇ ਹੁੰਦੇ ਸੀਗੇ। ਇਹਦੀ ਖਾਸੀਅਤ ਸੀਗੀ ਕਿ ਜਦੋਂ ਇਹਨੂੰ ਜਦੋਂ ਮਰਜ਼ੀ ਰਾਤ ਨੂੰ 12 ਵਜੇ ਇਹਨੂੰ ਛੇੜ ਲੈਂਦਾ ਅਤੇ ਆਪਾਂ ਬੱਚੇ ਨੂੰ ਜਦੋਂ ਪਿਆਰ ਕਰਦੇ ਹਾਂ, ਔਰ ਇਹਨੇ ਰਾਤ ਨੂੰ 12 ਵਜੇ 1 ਵਜੇ ਜਦੋਂ ਵੀ ਉੱਠਣਾ ਇਹਨੇ ਸਮਾਈਲ ਤੁਹਾਨੂੰ ਬਹੁਤ ਸੋਹਣੀ ਸਮਾਈਲ ਦੇਣੀ। ਸਾਡਾ ਮਤਲਬ ਮੈਨੂੰ ਤਾਂ ਉਦੋਂ ਲੱਗਦਾ ਸੀ ਕਿ ਯਾਰ ਆਮ ਦਾ ਰਿਚੈਸਟ ਪਰਸਨ ਔਨ ਦਾ ਅਰਥ, ਮੈਨੂੰ ਐਵੇਂ ਫੀਲ ਹੁੰਦਾ ਸੀ ਕਿ ਮੈਨੂੰ ਸਾਰੀ ਦੁਨੀਆ ਮਿਲ ਗਈ ਹੈ ਇਸ ਵੇਲਾ। ਫਿਰ ਮੇਰੇ ਨਾਲ ਕਲੋਜ਼ ਕਾਫੀ ਹੈਗੀ ਹੈ, ਇਹਨੇ ਹਰ ਗੱਲ ਮੇਰੇ ਨਾਲ ਸ਼ੇਅਰ ਕਰਨੀ ਹੈ, ਪੜ੍ਹਾਈ ਦੀ ਗੱਲ ਹੋਵੇ ਜਾਂ ਫਿਰ ਇਸ ਤਰੀਕੇ ਦੇ ਕੰਪੀਟੀਸ਼ਨ ਦੀ ਗੱਲ, ਫਿਊਚਰ ਦੀਆਂ ਪਲੈਨਿੰਗਸ ਦੀਆਂ ਗੱਲ, ਇਸ ਤਰੀਕੇ ਨਾਲ ਸਾਰਾ ਇਹਨੇ ਡਿਸਕਸ਼ਨ ਮੇਰੇ ਨਾਲ ਹਰ ਟੋਪਿਕ 'ਤੇ ਕਰਦੀ ਰਹਿੰਦੀ ਹੈ। ਸਕੂਲ ਦੀਆਂ ਗੱਲਾਂ ਕਰਦੀ ਹੁੰਦੀ ਆ, ਪੜ੍ਹਾਈ ਦੇ ਰਿਲੇਟਡ ਇਹਦੇ ਜਿੰਨੇ ਇਸ਼ੂਜ਼ ਹੁੰਦੇ ਮੇਰੇ ਨਾਲ ਹੁੰਦੇ ਆ। ਮੈਂ KVC ਖੇਲਦਾ ਸੀਗਾ ਔਰ ਮੇਰੀ ਸਿਲੈਕਸ਼ਨ ਵੀ ਇਸ ਵਾਰੀ ਹੋਈ ਸੀਗੀ ਔਰ ਮੈਂ ਕਿਸੇ ਮੁਕਾਮ ਤੱਕ ਪਹੁੰਚ ਵੀ ਗਿਆ ਸੀਗਾ, ਬਟ ਫਸਟ ਫਿੰਗਰ ਤੱਕ ਮੈਂ ਨਹੀਂ ਜਾ ਸਕਿਆ। ਉਹਦੇ ਵਿੱਚ ਮੈਂ ਹਜੇ ਵੇਟਿੰਗ ਦੇ ਵਿੱਚ ਸੀਗਾ। ਬਿਲਕੁਲ ਜੀ, ਮੇਰੀ ਬੇਟੀ ਨੇ ਮੇਰਾ ਇੱਕ ਨਹੀਂ ਕਈ ਸੁਪਨੇ ਸਾਕਾਰ ਕੀਤੇ ਆ। ਪਹਿਲੇ ਸੀਗਾ ਕਿ KVC ਤੋਂ ਲੈ ਲਈਏ ਤਾਂ KVC ਦੇ ਹੌਟ ਸੀਟ ਤੱਕ ਮੈਂ ਨਹੀਂ ਪਹੁੰਚ ਸਕਿਆ, ਮੇਰੀ ਬੇਟੀ ਪਹੁੰਚੀ, ਔਰ ਸਿਰਫ ਉੱਥੇ ਤੱਕ ਪਹੁੰਚੀ ਹੀ ਨਹੀਂ
उन्हें काफ़ी चीज़ा उत्थे अचीव भी कर लिया और पंजाब की पहली बच्ची सी जिन्हें पंजाब की कि इस सीजन की ये हाईएस्ट पॉइंट्स वाले जिन्हें गेन किए ये बच्ची सी जपसिमरन कौर। जलंधर तो चंडीगढ़ खबरनामा लई गौरव बस्सी की रिपोर्ट।